ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੀ ਹਾਈਡਲ ਨਹਿਰ ਵਿੱਚ ਇੱਕ ਲੜਕੇ ਅਤੇ ਇੱਕ ਲੜਕੀ ਵੱਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਜਿੱਥੇ ਲੜਕੀ ਦੀ ਮੌਤ ਹੋ ਗਈ ਹੈ ਉੱਥੇ ਹੀ ਲੜਕੇ ਨੂੰ ਬਚਾ ਲਿਆ ਗਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 11 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਉਕਤ ਲੜਕਾ ਅਤੇ ਲੜਕੀ ਮੋਟਰਸਾਈਕਲ 'ਤੇ ਆਏ ਸਨ ਅਤੇ ਮੋਟਰਸਾਈਕਲ ਪੁਲ 'ਤੇ ਖੜ੍ਹਾ ਕਰਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇੱਥੇ ਦੱਸ ਦਈਏ ਕਿ ਇਸੇ ਦੌਰਾਨ ਇੱਕ ਨੌਜਵਾਨ ਅਮਰਜੀਤ ਜੋ ਕਿ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਵਾਲੀ ਰੈਸਕਿਊ ਟੀਮ ਵਿੱਚ ਕੰਮ ਕਰਦਾ ਹੈ ਅਤੇ ਉਸਨੇ ਤੁਰੰਤ ਹੀ ਛਾਲ ਮਾਰ ਕੇ ਲੜਕੇ ਨੂੰ ਤਾਂ ਬਚਾ ਲਿਆ ਪਰ ਲੜਕੀ ਦੀ ਡੁੱਬਣ ਨਾਲ ਮੌਤ ਹੋ ਗਈ। ਕਿਸ ਤਰ੍ਹਾਂ ਤੁਸੀਂ ਬਚਾਇਆ ਜਿਹੜੇ ਬੱਚੇ ਕੀ ਹੋਇਆ ਸੀ? ਸਰ ਇੱਦਾਂ ਸੀ, ਮੈਂ ਨਾ ਉੱਚੀ ਵਸੀ ਆਪਣੀ ਫੈਮਿਲੀ ਨੂੰ ਲੈਣ ਜਾ ਰਿਹਾ ਸੀਗਾ ਅਤੇ ਜਦੋਂ ਮੇਰੀ ਨਿਗਾਹ ਪਈ ਵੀ ਪੁਲ 'ਤੇ ਬੰਦੇ ਬਹੁਤ ਜ਼ਿਆਦਾ ਇਕੱਠੇ ਹੋਏ ਆ ਅਤੇ ਮੈਂ ਦੇਖਿਆ ਵੀ ਦੋ ਜਣੇ ਡੁੱਬਦੇ ਜਾ ਰਹੇ ਸੀਗੇ। ਫਿਰ ਮੈਂ ਉੱਦਾਂ ਹੀ ਵਾਪਸ ਮੁੜ ਗਿਆ ਘਰ ਨੂੰ ਅਤੇ ਆਪਣੀ ਲਾਈਟ ਜੈਕਟ ਚੱਕੀ, ਰੱਸਾ ਚੱਕਿਆ ਅਤੇ ਮੁੰਡਾ ਤਾਂ ਬਚਾ ਲਿਆ, ਕੁੜੀ ਪਰ ਥੱਲੇ ਕਰੀ ਡੁੱਬ ਗਈ ਸੀਗੀ, ਡੁੱਬ ਕੇ ਦੁਬਾਰਾ ਵੀ ਉੱਪਰ ਆਈ ਫਿਰ ਉਹਨੂੰ ਕੱਢਿਆ ਅਤੇ ਉਹ ਡੈੱਡ ਹੋ ਚੁੱਕੀ ਸੀ ਮੌਕੇ 'ਤੇ। ਉੱਧਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਦਸੂਹਾ ਦੇ ਮੁਰਦਾ ਘਰ ਵਿਖੇ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਅ ਜੀ ਸਾਨੂੰ ਫੋਨ ਆਉਂਦੇ ਸੀ ਮੁੰਡੇ ਦੇ, ਸਾਡੀ ਬੇਟੀ ਨੂੰ ਤਾਂ ਮਗਰਾਉਂਦਾ ਸੀ, ਪਰ ਸਾਨੂੰ ਨਹੀਂ ਪਤਾ ਅਤੇ ਬੇਟੀ ਕਿੰਨੇ ਵਿੱਚ ਪੜ੍ਹਦੀ? 10ਵੀਂ 'ਚ ਪੜ੍ਹਦੀ ਭਾਅ ਜੀ। ਕਿੰਨੇ ਸਾਲ ਦੀ? 17 ਸਾਲ ਦੀ। ਅਤੇ ਅੱਜ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀ ਬੇਟੀ? ਸਰ ਮੈਂ ਸਵੇਰੇ ਸਕੂਲੇ ਛੱਡਣ ਗਈ ਹਾਂ ਅਤੇ ਸਕੂਲ ਦੇ ਅੰਦਰ ਗੇਟ 'ਚ ਵੜ ਕੇ ਆਈ ਹਾਂ, ਮੈਨੂੰ ਸਕੂਲੋਂ ਸਕੂਲ ਕਾਲਜ ਤੋਂ ਉੱਥੋਂ ਸਕੂਲੋਂ ਫੋਨ ਆਇਆ, ਉਹ ਕਹਿੰਦੇ ਵੀ ਤੁਹਾਡੀ ਬੇਟੀ ਮਤਲਬ ਕਿ ਰੇਲ ਵਿੱਚ ਨਹੀਂ ਆਈ ਹੈਗੀ। ਮੈਂ ਫਿਰ ਸਕੂਲ ਗਈ ਅਤੇ ਉੱਥੇ ਹੈਗੀ ਸੀਗੀ, ਫਿਰ ਅਸੀਂ ਦੇਖ ਪਤਾ ਸਰ ਮੈਂ ਦੇਖਿਆ ਕਿਤੋਂ ਅਤੇ ਉਹ ਮੈਨੂੰ ਇਹ ਪਤਾ ਲੱਗਾ ਹੌਲੀ ਹੌਲੀ, ਫਿਰ ਮੈਨੂੰ ਦੌੜ ਭੱਜ ਬੰਦ ਕਰਦੇ ਹੀ। ਹੁਣ ਕੀ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ? ਮੈਨੂੰ ਸਾਫ ਦਿੱਤਾ ਜਲ ਫਸ, ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਨੂੰ? ਮੇਰੀ ਬੇਟੀ ਇਸ ਦਾ ਕੰਮ ਨਹੀਂ ਕਰ ਸਕਦੀ। ਸਾਨੂੰ 11 ਵਜੇ ਕਨਫਰਮੇਸ਼ਨ ਮਿਲੀ ਸੀ ਕਿ ਇਹਦਾ ਆਪਣੇ ਉੱਚੀ ਬਸੀ ਨਹਿਰ ਦੇ ਵਿੱਚ ਲੜਕਾ ਲੜਕੀ ਹੈਗੀ ਹੈ ਅਤੇ ਕਰੀਬ ਜਿਨ੍ਹਾਂ ਦੀ ਉਮਰ 18 ਸਾਲ ਹੈਗੀ, ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈਗੀ। ਮੌਕੇ 'ਤੇ ਪੁਲਿਸ ਪਾਰਟੀ ਪੁੱਜੀ ਤਾਂ ਪਤਾ ਲੱਗਿਆ ਕਿ ਉੱਥੇ ਇਹਨਾਂ ਨੇ ਨਹਿਰ ਵਿੱਚ ਛਾਲ ਮਾਰੀ ਸੀਗੀ, ਜੋ ਲੜਕੀ ਨੂੰ ਨਹਿਰ ਦੇ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਲੜਕਾ ਵੀ ਨਹਿਰ ਦੇ ਵਿੱਚੋਂ ਕੱਢ ਲਿਆ ਗਿਆ ਸੀਗਾ ਅਤੇ ਲੜਕੀ ਨੂੰ ਡਾਕਟਰ ਆਪਣੇ ਸਿਵਲ ਹਸਪਤਾਲ ਲੈ ਕੇ ਤਾਂ ਡਾਕਟਰ ਸਾਹਿਬ ਵੱਲੋਂ ਉਹਨੂੰ ਬਰਾਡਰ ਦਿੱਤਾ ਗਿਆ। ਬਾਕੀ ਫਰਦਰ ਅਸੀਂ ਹੁਣ ਇਹਨਾਂ ਦੇ ਵਾਰਸ ਬੁਲਾ ਰਹੇ ਹੈਗੇ ਅਤੇ ਵਾਰਸਾਂ ਦੇ ਮੁਤਾਬਕ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਸਰ ਕੁਛ ਕਾਰਨ ਪਤਾ ਲੱਗਾ ਕਿ ਕਾਰਨ ਵਾਰਸ ਮਾਰੇ ਗਏ? ਮੁਰਲੀ ਜਿਹੜੀ ਹੈਗੀ ਹੈ ਸਾਨੂੰ ਜਾਂਚ 'ਚ ਪਤਾ ਲੱਗਿਆ ਕਿ ਇਹ ਦੋਨੋਂ ਆਪਸ ਵਿੱਚ ਪ੍ਰੇਮ ਸੰਬੰਧ ਵਿੱਚ ਸੀਗੇ। ਬਾਕੀ ਹੋਰ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਦਾ ਰੀਜ਼ਨ ਕੀ ਹੈ, ਕਿਉਂ ਇਹਨਾਂ ਨੇ ਇਹ ਕੰਮ ਕਰਿਆ ਹੈ। ਉੱਧਰ ਮ੍ਰਿਤਕ ਲੜਕੀ ਦੀ ਮਾਤਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੀ ਲੜਕੀ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਅਤੇ ਉਕਤ ਲੜਕਾ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ। ਉਹਨਾਂ ਦੱਸਿਆ ਕਿ ਉਸਦੀ ਲੜਕੀ ਇਸ ਤਰ੍ਹਾਂ ਨਹੀਂ ਕਰ ਸਕਦੀ ਅਤੇ ਉਸ ਨੂੰ ਜ਼ਬਰਦਸਤੀ ਨਹਿਰ ਵਿੱਚ ਸੁੱਟਿਆ ਗਿਆ ਹੈ।